ਐਡ ਚੱਲ ਰਿਹਾ ਜੀ ਚੈਲੰਜ ਪ੍ਰਾਈਸ ਉਹ ਦੇਖ ਕੇ ਜਨਾਬ ਸਾਡਾ ਵੀ ਦਿਲ ਕੀਤਾ ਵੀ ਚਲੋ ਇੱਧਰ ਆਈਏ ਜ਼ਰਾ ਵੇਖੀਏ ਵੀ ਕੀ ਚੈਲੰਜ ਪ੍ਰਾਈਸ ਕੀ ਚੱਲ ਰਿਹਾ ਭਾਈ ਚੈਲੰਜ ਲਾ ਦਿੱਤਾ ਕਾਹਦਾ ਚੈਲੰਜ ਚੈਲੰਜ ਲਾ ਦਿੱਤਾ ਜਿਹੜੇ ਚੈਲੰਜ ਪ੍ਰਾਈਸ ਚ ਆ ਕੇ ਜਨਾਬ ਇਹ ਨਾ ਹੋਵੇ ਕਿਤੇ ਇਹ ਲੋਹਾ ਜਿਹੜਾ ਇਹ ਨਹੀਂ ਘੱਟ ਜਾਏ ਇਹਦਾ ਵਜ਼ਨ ਵੀ ਘੱਟ ਜਾਵੇ ਜਨਾਬ ਭਾਈ ਜਾਨ ਮੁਕੰਮਲ ਗਰੰਟੀ ਦੇ ਨਾਲ ਚੈਲੰਜ ਕੁਆਲਿਟੀ ਦੀ ਗਰੰਟੀ ਦੇ ਨਾਲ ਚੈਲੰਜ ਕੋਈ ਥੋੜੇ ਛੋੜੇ ਮਾਰੋ ਹਾਂ ਕੋਈ ਸੱਟਾ ਸੁੱਟਾ ਮਾਰੋ ਥੋੜਾ ਥੋੜਾ ਜਨਾਬ ਤੁਹਾਡੇ ਸਾਹਮਣੇ ਆ ਕਿਤੇ ਵੈਲਡਿੰਗ ਵੁਲਡਿੰਗ ਹਿੱਲੀ ਕੋਈ ਕੋਈ ਲੱਗਦਾ ਤੇ ਕੋਈ ਨੀ ਪਿਆ ਹੈਗਾ ਠੀਕ ਹੈ ਮਾਰ ਮਾਰ ਇੱਥੇ ਥੱਲੇ ਮਾਰੇ ਵੇ ਮਾਰੇ ਵੇ ਆਜੇ ਮਾਰ ਲੈਣੀ ਆ ਹਰ ਚੀਜ਼ ਕੋ 40-50 ਹਜ਼ਾਰ ਰੁਪਇਆ ਮਾਰਕੀਟ ਤੋਂ ਸਸਤੀ ਹੋਵੇਗੀ 50 ਹਜ਼ਾਰ ਰੁਪਇਆ ਹਰ ਚੀਜ਼ ਮਾਰਕੀਟ ਤੋਂ ਸਸਤੀ ਹੋਏਗੀ ਸਾਡਾ ਸਰਪ੍ਰਾਈਜ਼ ਵਿਜ਼ਿਟ ਹੈ ਅਲਸਾਦਕ ਐਗਰੋਸਰੀ ਇੰਡਸਟਰੀ ਦਾ ਇਹਨਾਂ ਦੀ ਯੂਟਿਊਬ ਤੇ ਟਿਕਟੋਕ ਵਗੈਰਾ ਤੇ ਬੜਾ ਐਡ ਚੱਲ ਰਿਹਾ ਜੀ ਚੈਲੰਜ ਪ੍ਰਾਈਸ ਉਹ ਦੇਖ ਕੇ ਜਨਾਬ ਸਾਡਾ ਵੀ ਦਿਲ ਕੀਤਾ ਵੀ ਚਲੋ ਇੱਧਰ ਆਈਏ ਜ਼ਰਾ ਵੇਖੀਏ ਵੀ ਕੀ ਚੈਲੰਜ ਪ੍ਰਾਈਸ ਕੀ ਚੱਲ ਰਿਹਾ ਤੇ ਚੈਲੰਜ ਪ੍ਰਾਈਸ ਚੱਲ ਵੀ ਰਿਹਾ ਕਿਵੇਂ ਬਸ ਨਾ ਹੀ ਚੈਲੰਜ ਪ੍ਰਾਈਸ ਜਨਾਬ ਜਨਾਬ ਅਸੀਂ ਆ ਰਹੇ ਹਾਂ ਅਲਸਾਦਕ ਥੋੜੀ ਤੇ ਇੱਥੇ ਜਨਾਬ ਕਿਹੜੇ ਸਾਹਿਬ ਨੇ ਅੱਛਾ ਜਨਾਬ ਤੁਹਾਡਾ ਬੜਾ ਚੈਲੰਜ ਚੱਲ ਰਿਹਾ ਅਲਸਾਦਕ ਐਗਰੋਸਰੀ ਇੰਡਸਟਰੀ ਚੈਲੰਜ ਪ੍ਰਾਈਸ ਜਨਾਬ ਕਾਹਦਾ ਚੈਲੰਜ ਪ੍ਰਾਈਸ ਚੱਲ ਰਿਹਾ ਚੀਜ਼ਾਂ ਦੇ ਸੁਣੀ ਦਾ ਜੁੱਤੀਆਂ ਦਾ ਚੈਲੰਜ ਚੱਲ ਗਿਆ ਜੀ ਕੱਪੜੇ ਦਾ ਚੈਲੰਜ ਪ੍ਰਾਈਸ ਚੱਲ ਗਈ ਜੀ ਇਹ ਕਾਹਦਾ ਚੈਲੰਜ ਪ੍ਰਾਈਸ ਚੱਲ ਰਿਹਾ ਜਨਾਬ ਜਿਹੜੇ ਵੀ ਜ਼ਰੀ ਲਾ ਤੇ ਮਸ਼ੀਨਰੀ ਤਿਆਰ ਹੁੰਦੀ ਹਰ ਚੀਜ਼ ਤੇ ਚੈਲੰਜ ਲਾ ਛੱਡਿਆ ਕਿੰਨੇ ਪਰਸੈਂਟ ਚੈਲੰਜ ਲੱਗਾ ਜਨਾਬ ਕੀ ਭਾਜੀ ਪੂਰੇ ਮਾਰਕੀਟ ਰੇਟ ਚੈੱਕ ਕਰੋ ਤੁਸੀਂ ਉਹਦੇ ਮੁਤਾਬਕ ਸਾਡਾ ਰੇਟ ਚੈੱਕ ਕਰੋ ਨਹੀਂ ਤੇ ਜੇ ਪਹਿਲਾਂ ਤੁਹਾਡਾ ਰੇਟ ਚੈੱਕ ਕਰਨਾ ਹੋਵੇ ਤੇ ਬਾਅਦ ਚ ਇੰਡਸਟਰੀ ਦਾ ਰੇਟ ਭਾਜੀ ਬਾਅਦ ਚ ਵੀ ਚੈੱਕ ਕਰ ਲਓ ਕਿਹੜਾ ਰੌਲਾ ਸਾਡਾ ਇਨਸ਼ਾਅੱਲਾ ਤਾਲਾ ਪ੍ਰਾਈਸ ਚੈਲੰਜ ਹੋਵੇਗਾ ਹਰ ਲਾਜ ਦੇ ਨਾਲ ਚੈਲੰਜ ਹੋਵੇਗਾ ਕਿਹੜੀ ਚੀਜ਼ ਤੇ ਚੈਲੰਜ ਪ੍ਰਾਈਸ ਆ ਰਿਹਾ ਜਨਾਬ ਭਾਜੀ ਜਿਹੜੀ ਵੀ ਚੀਜ਼ ਜ਼ਰੀ ਜ਼ਿੰਮੇਦਾਰ ਨੂੰ ਕੋਈ ਵੀ ਚੀਜ਼ ਚਾਹੀਦੀ ਉਹਦੇ ਤੇ ਸਾਡਾ ਚੈਲੰਜ ਹੈ ਕਿਸੇ ਵੀ ਚੀਜ਼ ਦੇ ਉੱਤੇ ਇਹ ਕਿਹੜੀ ਮਸ਼ੀਨ ਤਿਆਰ ਹੋ ਰਹੀ ਹੈ ਇਹ ਗਾਜਰਾਂ ਵਾਲੀ ਮਸ਼ੀਨ ਬਣਨ ਰਹੀ ਹੈ ਇਸ ਤੇ ਵੀ ਚੈਲੰਜ ਪ੍ਰਾਈਸ ਇਹ ਹਰ ਚੀਜ਼ ਤੇ ਭਾਜੀ ਜਿਹੜੀ ਮਰਜ਼ੀ ਚੀਜ਼ ਵੇਖ ਲਓ ਤੁਸੀਂ ਜਦੋਂ ਅਸੀਂ ਕਹਿ ਜੂ ਦਿੱਤਾ ਵਾ ਪ੍ਰਾਈਸ ਚੈਲੰਜ ਤੇ ਫਿਰ ਚੈਲੰਜ ਹੈ ਇਹ ਕਿਹੜੀ ਮਸ਼ੀਨ ਹੈ ਇਹ TMR ਮਸ਼ੀਨ ਹੈ ਇਹਦੇ ਤੇ ਵੀ ਚੈਲੰਜ ਪ੍ਰਾਈਸ ਹੈ ਭਾਜੀ ਹਰ ਚੀਜ਼ ਤੇ ਚੈਲੰਜ ਲਾ ਦਿੱਤਾ ਹੈ ਇਹ ਲੋਹਾ ਤੇ ਕਾਫੀ ਮਜ਼ਬੂਤ ਹੈ ਜਨਾਬ ਚੈਲੰਜ ਪ੍ਰਾਈਸ ਭਾਜੀ ਕੁਆਲਿਟੀ ਦੇ ਵੀ ਕੁਆਲਿਟੀ ਦਾ ਚੈਲੰਜ ਹੈ ਸਿਰਫ ਕੀਮਤ ਦਾ ਨਹੀਂ ਹੈ ਵੇਖਿਓ ਕਿਤੇ ਚੈਲੰਜ ਪ੍ਰਾਈਸ ਆ ਕੇ ਜਨਾਬ ਇਹ ਨਾ ਹੋਵੇ ਕਿਤੇ ਇਹ ਲੋਹਾ ਜਿਹੜਾ ਇਹ ਨਹੀਂ ਘੱਟ ਜਾਏ ਇਹਦਾ ਵਜ਼ਨ ਵੀ ਘੱਟ ਜਾਵੇ ਜਨਾਬ ਭਾਈ ਜਾਨ ਮੁਕੰਮਲ ਗਰੰਟੀ ਦੇ ਨਾਲ ਚੈਲੰਜ ਕੁਆਲਿਟੀ ਦੀ ਗਰੰਟੀ ਦੇ ਨਾਲ ਚੈਲੰਜ ਇਹ ਜਿਹੜੀ ਮਸ਼ੀਨ ਤਿਆਰ ਹੋਈ ਜਨਾਬ ਇਹ ਚੈਲੰਜ ਪ੍ਰਾਈਸ ਤੇ ਹੋ ਰਹੀ ਜਾਂ ਵੈਸੇ ਤਿਆਰ ਹੋ ਰਹੀ ਹੈ ਜਾਨ ਤੁਹਾਨੂੰ ਦੱਸਿਆ ਜਦੋਂ ਅਸੀਂ ਕਹਿ ਦਿੱਤਾ ਵੀ ਹਰ ਚੀਜ਼ ਤੇ ਪ੍ਰਾਈਸ ਚੈਲੰਜ ਹੈ ਤੇ ਹਰ ਚੀਜ਼ ਤੇ ਚੈਲੰਜ ਇਹਦੀ ਕੁਆਲਿਟੀ ਦੇ ਬਾਰੇ ਜਨਾਬ ਕੀ ਸੂਰਤ ਹਾਲ ਹੈ ਮੁਕੰਮਲ ਗਰੰਟੀ ਹਰ ਲਿਹਾਜ਼ ਦੇ ਨਾਲ ਗਰੰਟੀ ਹੈ ਕਿੱਦਾਂ ਚੈੱਕ ਕੀਤੀ ਜਾ ਸਕਦੀ ਜਨਾਬ ਜਿਵੇਂ ਮਰਜ਼ੀ ਚੈੱਕ ਕਰੋ ਤੁਹਾਡੇ ਸਾਹਮਣੇ ਚੀਜ਼ ਬਣਨ ਰਹੀ ਹੈ ਜਨਾਬ ਇਹ ਤਾਂ ਕੋਈ ਥੋੜੇ ਛੋੜੇ ਮਾਰੋ ਹਾਂ ਕੋਈ ਸੱਟਾ ਸੁੱਟਾ ਮਾਰੋ ਉਹ ਕਿੱਥੇ ਗਿਆ ਥੋੜਾ ਫੜ ਕੇ ਲਿਆ ਕਾਕਾ ਤਸੱਲੀ ਕਰਾ ਭਾਈ ਹੁਣਾਂ ਦੀ ਉਹ ਵੱਡਾ ਥੋੜਾ ਫੜ ਇਹਦੇ ਨਾਲ ਕੀ ਬਣਨਾ ਹੀ ਜਨਾਬ ਅਸੀਂ ਅਲਸਾਦਕ ਜਾ ਵੀ ਇੰਡਸਟਰੀ ਮਾਰ ਕੇ ਬਖਾਉ ਮੀਆਂ ਸਾਹਿਬ ਇਹਨਾਂ ਨੂੰ ਕਿੱਥੇ ਮਾਰਨਾ ਥੋੜਾ ਭਾਈ ਹਰੀ ਵੀ ਜਵਾਨ ਨੇ ਮਾਸ਼ਾਅੱਲਾ ਤੇ ਥੋੜਾ ਵਦਾਨ ਜਿਹੜਾ ਇਹ ਵੀ ਵਜ਼ਨੀ ਹੈ ਇੱਥੇ ਵੀ ਮਾਰ ਤੇ ਪੂਰਾ ਮਾਰਿਆ ਤੇ ਇਹਨਾਂ ਤਸੱਲੀ ਨਾਲ ਤੇ ਕਰ ਲਓ ਜਨਾਬ ਤੁਹਾਡੇ ਸਾਹਮਣੇ ਆ ਕਿਤੇ ਵੈਲਡਿੰਗ ਵੁਲਡਿੰਗ ਹਿੱਲੀ ਕੋਈ ਲੱਗਦਾ ਤੇ ਕੋਈ ਨੀ ਪਿਆ ਹੈਗਾ ਭਾਈ ਡੈਂਟ ਵੀ ਚੈੱਕ ਕਰ ਸਕਦੇ ਹੋ ਕਿਤੇ ਥੋੜਾ ਵੱਜਿਆ ਡੈਂਟ ਵੀ ਵਿਖਾਓ ਸਾਨੂੰ ਭਾਈ ਇਹ ਜਨਾਬ
ਤੁਹਾਡਾ ਪਿੱਛੇ ਪਲਾਂਟਰ ਦੀ ਧੁੰਪ ਪਈ ਸੀ, ਉਹ ਪਲਾਂਟਰ ਹੈ ਜੀ? ਹਾਂਜੀ, ਇਹ ਪਲਾਂਟਰ ਹੈ ਭਾਈ ਜਾਨ, ਇਹ ਵੀ ਚੈਲੰਜ ਪ੍ਰਾਈਸ ਅਵੇਲੇਬਲ ਹੈ ਜੀ, ਹਰ ਚੀਜ਼ ਦੀ ਚੈਲੰਜ ਪ੍ਰਾਈਸ ਹੈ। ਇਹ ਵੀ ਜਰਾ ਚੈੱਕ ਕਰਵਾਓ ਜੀ, ਇਹਨੂੰ ਜਰਾ ਸੱਦੋ ਹਾਂ ਬੰਦੇ ਨੂੰ, ਭਰਾ ਪੂਰੀ ਤਸੱਲੀ ਨਾਲ ਜਰਾ ਮਾਰੀ, ਠੀਕ ਹੈ? ਮਾਰ ਮਾਰ ਇੱਥੇ ਥੱਲੇ, ਮਾਰ ਇਹਦੇ, ਮਾਰ ਇਹਦੇ, ਆਜੇ ਮਾਰ, ਪੂਰੀ ਤਸੱਲੀ ਕਰ। ਕੋਈ ਡੈਂਟ ਕੋਈ ਵੈਲਡਿੰਗ ਦਾ ਵੀ ਕਿਸੇ ਕਿਸਮ ਦਾ ਕੋਈ ਜਨਾਬ ਫਿਲਹਾਲ ਤੇ ਸ਼ੋ ਨਹੀਂ ਹੋ ਰਿਹਾ ਹੈਗਾ ਵੀ ਕਿਤੇ ਕੋਈ ਵੈਲਡਿੰਗ ਉੱਕੜੀ ਹੋਵੇ ਜਾਂ ਕਿਤੇ ਕੋਈ ਡੈਂਟ ਸ਼ੈਂਟ ਪਿਆ ਹੋਵੇ। ਇਹ ਲੱਗ ਰਿਹਾ ਜਨਾਬ ਬਾਕੀ ਚੈਲੰਜ ਪ੍ਰਾਈਸ ਦੇ ਵਿੱਚ ਚੀਜ਼ਾਂ ਦੀ ਕੁਆਲਿਟੀ ਨਹੀਂ ਡਾਊਨ ਕੀਤੀ ਗਈ ਹੈਗੀ, ਕੋਈ ਚੀਜ਼ਾਂ ਨੇ ਇਨਸ਼ਾਅੱਲਾ ਤਾਲਾ ਕੁਆਲਿਟੀ ਦੇ ਕੋਈ ਕੰਪਰੋਮਾਈਜ਼ ਨਹੀਂ ਆ। ਮਾਰਕੀਟ ਦਾ ਤਕਰੀਬਨ ਕਿੰਨਾ ਫਰਕ ਖਾਸਾ ਬੇਦਾਣੀ ਆ, ਹਰ ਚੀਜ਼ ਕੋ 40-50,000 ਰੁਪਇਆ ਮਾਰਕੀਟ ਤੋਂ ਸਸਤੀ ਹੋਵੇਗੀ, 40-50,000 ਰੁਪਇਆ ਹਰ ਚੀਜ਼ ਮਾਰਕੀਟ ਤੋਂ ਸਸਤੀ ਹੋਏਗੀ। ਇਹ ਅੱਜ ਦੇ ਦੌਰ ਦੇ ਵਿੱਚ ਜਦੋਂ ਫਾਰਮਰ ਕਿਸਾਨ ਜਿਹੜਾ ਅੱਗੇ ਪਿੱਛਿਆ ਪਿਆ, ਇੱਕ ਬੜਾ ਵੱਡਾ ਸਟੈਪ, ਬੜਾ ਪਲੱਸ ਪੁਆਇੰਟ ਹੈ ਇੱਕ ਜ਼ਿਮੀਦਾਰ ਵਾਸਤੇ, ਫਾਰਮਰ ਵਾਸਤੇ, ਜਿੱਥੇ ਨਾ ਕਣਕਾਂ ਦਾ ਰੇਟ ਬਣੇ ਨੇ ਨਾ ਸਬਜ਼ੀਆਂ ਦੇ ਰੇਟ ਬਣਦੇ ਪਏ ਨੇ, ਕਣਕਾਂ ਜ਼ਿਮੀਦਾਰਾਂ ਦੀਆਂ ਹਜੇ ਘਰ ਪਈਆਂ। ਇਸ ਇੰਨੀ ਮਹਿੰਗਾਈ ਦੇ ਵਿੱਚ, ਪੈਸੇ ਨਾ ਹੋਣ ਦੇ ਵਿੱਚ, ਏਡਾ ਸਸਤਾ ਜ਼ਰੀਆ ਇਲਾਜ ਜਿਹੜਾ ਅਲਸਾਦਕ ਵਾਲਿਆਂ ਦੇ ਚੈਲੰਜ ਪ੍ਰਾਈਸ ਦੇ ਵਿੱਚ ਮਯਸਰ ਹੈਗਾ ਜੀ, ਇਹ ਤੁਸੀਂ ਅੰਦਾਜ਼ਾ ਕਰੋ ਵੀ ਇੰਨੀ ਮਹਿੰਗਾਈ ਦੇ ਵਿੱਚ 40-50,000 ਰੁਪਏ ਦਾ ਅਗਰ ਜ਼ਿਮੀਦਾਰ ਨੂੰ ਇੱਕ ਹਲਾਤ ਪਿੱਛੇ ਉਹ ਰੇਜਰ ਹੋਵੇ, ਉਹ ਖੇਲਾਂ ਵਾਸਤੇ ਹੱਲਾਂ ਹੋਣ, ਜਾਂ ਉਹ ਪਲਾਂਟਰ ਹੋਵੇ, ਜਾਂ ਉਹ ਗਾਜਰ ਮਸ਼ੀਨ ਹੋਵੇ, 40-50,000 ਰੁਪਇਆ, ਅੱਧਾ ਲੱਖ, 50,000 ਦੇ ਨੋਟ ਜਨਾਬ, ਇਹ ਜ਼ਿਮੀਦਾਰ ਦੀ ਬਚਤ ਹੈ। ਤੇ ਚੈਲੰਜ ਪ੍ਰਾਈਸ ਦੇ ਵਿੱਚ ਜਨਾਬ ਕੁਆਲਿਟੀ ਦੇ ਉੱਤੇ ਵੀ ਕੋਈ ਕੰਪਰੋਮਾਈਜ਼ ਨਹੀਂ ਹੋ ਰਿਹਾ, ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋ ਰਿਹਾ। ਇਹ ਖਾਨ ਸਾਹਿਬ ਇਹ ਸੋਚ ਤੁਹਾਨੂੰ ਕਿਸ ਤਰ੍ਹਾਂ ਆਈ ਵੀ ਜਿਹੜਾ ਤੁਸੀਂ ਯਕਦਮ ਆਪਣਾ ਮੁਨਾਫਾ ਇੰਨਾ ਡਾਊਨ ਕਰਤਾ, ਕੀ ਵਜ੍ਹਾ ਬਣੀ ਵੀ ਇਹ ਕਿਸਾਨ ਦੇ ਹਾਲਾਤ ਨੂੰ ਦੇਖਦੇ ਹੋਇਆ, ਜਾਂ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਸੋਚ ਆਈ ਵੀ ਕਿਸਾਨ ਨੂੰ ਇਹ ਫਾਇਦਾ ਦਿੱਤਾ ਜਾਵੇ? ਭਾਈ ਜਾਨ, ਸਿਰਫ ਸਾਡਾ ਇੰਨਾ ਹੀ ਮਕਸਦ ਹੈ, ਜਾਂ ਅਸੀਂ ਪ੍ਰਾਈਸ ਚੈਲੰਜ ਜਾਂ ਡਿਸਕਾਊਂਟ ਆਫਰ ਸਿਰਫ ਇਸ ਵਜ੍ਹਾ ਤੋਂ ਲਾਈਏ ਕਿ ਆਹ 2024 ਜਿਹੜਾ ਸਾਲ ਜਾ ਰਿਹਾ ਨਾ, ਇਹ ਕਿਸਾਨ ਦੇ ਉੱਤੇ ਬਹੁਤ ਹੀ ਭਾਰੀ ਚੱਲਣ ਡਿਆ। ਜਦੋਂ ਦੀ ਗੰਦਮ ਦੀ ਇਬਤਦਾ ਹੋਈ ਹੈ, ਗੰਦਮ ਤੋਂ ਇਲਾਕੇ ਜ਼ਿਮੀਦਾਰ ਦਾ ਲੱਕ ਰਾਸੀ ਟੁੱਟਾ ਪਿਆ, ਠੀਕ ਹੈ ਨਾ ਜੀ? ਅਸੀਂ ਸਿਰਫ ਆਪਣੀ ਇੱਕ ਕੋਸ਼ਿਸ਼ ਕੀਤੀ ਹੈ ਕਿ ਚਲੋ ਅਸੀਂ ਜਿੰਨਾ ਵੀ ਕੋਈ ਜ਼ਿਮੀਦਾਰ ਨੂੰ ਸਪੋਰਟ ਕਰ ਸਕਦੇ ਹਾਂ ਆਪਣੇ ਤੌਰ ਤੇ, ਅਸੀਂ ਉਹ ਹੀ ਕਰਨ ਦੀ ਇੱਕ ਨੀਅਤ ਕੀਤੀ ਹੈ, ਉਹ ਇੱਕ ਤਹੀਆ ਕੀਤਾ ਹੈ ਕਿ ਅਸੀਂ ਕੋਈ ਜ਼ਿਮੀਦਾਰ ਦਾ ਕੁਝ ਫਾਇਦਾ ਕਰ ਸਕਦੇ ਹਾਂ ਨਾ, ਤੇ ਅਸੀਂ ਉਹ ਫਾਇਦਾ ਲੈ ਕੇ ਆਏ, ਤੇ ਜ਼ਿਮੀਦਾਰ ਨੂੰ ਅਸੀਂ ਉਹਦਾ ਕੀ ਸਹੂਲਤ ਦੇ ਸਕਦੇ, ਅਸੀਂ ਉਹਨੂੰ ਦੇ ਰਹੇ, ਅਸੀਂ ਆਪਣਾ ਮੁਨਾਫਾ ਖਤਮ ਕਰ ਦਿੱਤਾ ਹੈ ਆਪਣੀ, ਅਸੀਂ ਇਹਦੇ ਉੱਤੇ ਹਰ ਚੀਜ਼ ਖਤਮ ਕਰਕੇ ਤੇ ਅਸੀਂ ਇਸ ਕਰਕੇ ਉਹਨੂੰ ਲਾ ਦਿੱਤਾ ਤੇ ਚਲੋ ਯਾਰ, ਅਗਰ ਅਸੀਂ ਕਿਸੇ ਦੀ ਇਸ ਮੁਸ਼ਕਲ ਵਕਤ 'ਚ ਅਗਰ ਅਸੀਂ ਕਿਸੇ ਦੇ ਸਾਥ ਖੜੇ ਹੋ ਜਾਈਏ, ਤੇ ਇਹ ਸਭ ਤੋਂ ਵੱਡੀ ਗੱਲ, ਬੜੀ ਵੱਡੀ ਗੱਲ ਹੈ ਜੀ। ਅੱਜ ਦੇ ਦੌਰ ਦੇ ਵਿੱਚ ਅਗਰ ਕੋਈ ਬੰਦਾ ਇਹ ਸੋਚ ਰੱਖਦਾ ਤੇ ਬੜੀ ਵੱਡੀ ਗੱਲ ਹੈ। ਅੱਛਾ ਖਾਨ ਸਾਹਿਬ, ਇਹ ਮਤਲਬ ਕਿ ਇਹਦਾ ਕੀ, ਕਿਸੇ ਵੀ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ 'ਚ ਕੋਈ ਬੰਦਾ ਕੋਈ ਰਾਬਤਾ ਕਰਨਾ ਚਾਹੁੰਦਾ ਹੋਵੇ, ਉਹਦਾ ਕੀ ਤਰੀਕੇਕਾਰ ਹੈ, ਤਿਆਰੀ ਦਾ, ਪੇਮੈਂਟ ਸ਼ੇਮੈਂਟ ਦਾ ਕੀ ਤੁਹਾਡਾ ਸ਼ਡਿਊਲ ਹੈ, ਕੀ ਮਤਲਬ ਕਿ ਉਹਦਾ ਤਰੀਕੇਕਾਰ? ਭਾਈ ਜਾਨ, ਸਾਡੀ ਫੈਕਟਰੀ ਹੈ ਨਨਕਾਣਾ ਮੇਨ ਲਾਹੌਰ ਰੋਡ ਦੇ ਉੱਤੇ ਮੌਜੂਦ ਹੈ, 24 ਘੰਟੇ ਸਰਵਿਸ ਹੈ। ਕੋਈ ਬੰਦਾ ਇੱਥੇ ਆਉਣਾ ਚਾਹੇ, ਵਿਜ਼ਿਟ ਕਰਨਾ ਚਾਹੇ, ਉਹ ਹਫ਼ਤੇ ਦੇ 7 ਦਿਨ ਦੇ 24 ਘੰਟੇ ਦੇ ਵਿੱਚ ਕਿਸੇ ਵੀ ਟਾਈਮ ਆ ਸਕਦਾ, ਆ ਕੇ ਵੇਖ ਸਕਦਾ, ਚੈੱਕ ਕਰ ਸਕਦਾ। ਅਗਰ ਕਿਸੇ ਨੇ ਨਾ ਵੀ ਆਉਣਾ ਹੋਵੇ, ਸਾਡਾ ਨੰਬਰ ਦੇ ਉੱਤੇ ਮੌਜੂਦ ਹੈ, ਉਹਦੇ ਉੱਤੇ ਸਾਡੇ ਨਾਲ ਰਾਬਤਾ ਕਰੇ, ਆਪਣੀ ਜਿਹੜੀ ਚੀਜ਼ ਚਾਹੀਦੀ ਹੈ ਉਹ ਸਾਨੂੰ ਦੱਸੇ, ਪੇਮੈਂਟ ਆਨਲਾਈਨ ਕਰਾਏ ਤੇ ਉਹਨੂੰ ਉਹਦੀ ਪੂਰੇ ਪਾਕਿਸਤਾਨ ਦੇ ਵਿੱਚ ਡਿਲੀਵਰੀ ਮਿਲ ਜਾਵੇ। ਜਨਾਬ, ਪਾਕਿਸਤਾਨ ਦੇ ਜੋ ਹਾਲਾਤ ਚੱਲਦੇ ਪਏ ਨੇ ਆਨਲਾਈਨ ਕੰਮ ਦੇ, ਤੇ ਉਹਦੇ ਤੇ ਵੈਸੇ ਹੀ ਲੋਕ ਖਾਨ ਸਾਹਿਬ ਬੜੇ ਮਤਲਬ ਕਿ ਜਿਹੜਾ ਆ ਇਸ ਚੀਜ਼ ਤੋਂ ਡਰਦੇ ਨੇ ਵੀ ਬੰਦਾ ਪੈਸੇ ਲੈ ਕਿਸੇ ਪਾਸੇ ਨਿਕਲ ਨਾ ਜਾਵੇ, ਤੇ ਵੇਖ ਲਓ ਜ਼ਿਮੀਦਾਰ ਦੇ ਅੱਗੇ ਮਤਲਬ ਕਿ ਮਰੇ ਪਏ ਨੇ, ਤੇ ਇਹ ਵੀ ਜ਼ਿਮੀਦਾਰ ਨੂੰ ਸ਼ੱਕੋ ਸ਼ੁਬਾ ਹੋ ਸਕਦਾ ਵੀ ਜਨਾਬ ਮੇਰੇ ਪੈਸੇ ਕਿਤੇ ਫਸ ਨਾ ਜਾਣ, ਕਿਤੇ ਕੋਈ ਇਹੋ ਜਿਹਾ ਸਿਸਟਮ ਆ ਜੀ। ਉਰੇ ਆਓ ਜੀ, ਉਰੇ ਆਓ ਜਨਾਬ, ਤੁਸੀਂ ਉਰੇ ਆਓ। ਇਹ ਨਨਕਾਣਾ ਰੋਡ ਆ ਰਿਹਾ,
ਇਸ ਸਾਈਡ ਤੇ ਨਨਕਾਣਾ ਸਾਹਿਬ ਆ, ਉੱਥੋਂ ਠੀਕ 12 ਕਿਲੋਮੀਟਰ ਦੇ ਉੱਤੇ ਆ ਫੈਕਟਰੀ ਆ, ਤੇ ਜੇ ਤੁਸੀਂ ਇਸ ਪਾਸੇ ਵੇਖੋ ਇੱਥੋਂ 2 ਕਿਲੋਮੀਟਰ ਉੱਤੇ ਲਾਹੌਰ ਫੈਸਲਾਬਾਦ ਰੋਡ ਆ ਜਾਂਦਾ। ਇਸ ਜਗ੍ਹਾ ਤੋਂ ਤੁਰ ਕੇ ਉਹ ਪਿੱਛੇ ਤੱਕ ਵਹਾਓ ਜੀ, ਉਹ ਪਿਛਲਾ ਸ਼ੈਡ ਵੀ ਵਹਾਓ ਜੀ ਨਾਲ ਵਿੱਚ, ਉਹ ਬੈਕ ਸਾਈਡ ਤੇ ਨਜ਼ਰ ਮਾਰੋ ਜੀ। ਠੀਕ ਹੈ ਜੀ, ਇਹ ਸਾਰੀ ਸਾਈਡ ਵੇਖੋ ਜੀ ਨਾ, ਕੋਈ ਅੱਜ ਨੀ ਆਏ, ਕੋਈ ਕਿਰਾਏ ਤੇ ਜਗ੍ਹਾ ਲੈ ਕੇ ਨੀ ਬੈਠੇ ਵੀ ਕੱਲ ਨੂੰ ਅਸੀਂ ਫਰਾਡ ਕਰਨੇ ਨੇ, ਲੋਕਾਂ ਕੋਲ ਪੈਸੇ ਫੜਨੇ ਤੇ ਅਸੀਂ ਨੱਸ ਜਾਣਾ। ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ, ਅਸੀਂ ਕਿੱਥੇ ਨੱਸ ਕੇ ਜਾ ਸਕਦੇ ਹਾਂ? ਸੀਓ ਜਨਾਬ ਅਲ ਸਾਦਕ ਐਗਰੋ ਇੰਡਸਟਰੀ ਦੇ ਜਨਾਬ ਉਹ ਕਹਿ ਰਹੇ ਨੇ ਕਿ ਇਹ ਅਸੀਂ ਇੱਥੋਂ ਦੇ ਮੁਕਾਮੀ ਆ, ਸ਼ੁਰੂ ਦੇ ਰਹਿਣ ਵਾਲੇ ਆ, ਤੇ ਕਿਤੇ ਕੋਈ ਦੁਕਾਨਾਂ ਕਿਰਾਏ ਤੇ ਲੈ ਕੇ ਨੀ ਬੈਠੇ ਹੈਗੇ। ਤੇ ਵਾਕਈ ਅਗਰ ਵੇਖਿਆ ਜਾਵੇ ਕੈਮਰਾਮੈਨ ਸਾਹਿਬ, ਅਗਰ ਤੁਹਾਨੂੰ ਫੋਨ ਤੇ ਇੱਧਰ ਵੀ ਮਸ਼ੀਨਾਂ ਦਾ ਜ਼ਰੀਆ ਹਾਲਾਤ ਦਾ ਢੇਰ ਲੱਗਾ ਪਿਆ, ਉਹ ਟੈਂਕਰ ਖਲੋਤਾ ਜਨਾਬ ਆ, ਟਰਾਲੀਆਂ ਖਲੋਤੀਆਂ ਨੇ, ਇਹ ਤਾਂ ਮੈਨੂੰ ਨੀ ਪਤਾ ਇਹ ਚੀਜ਼ ਦੇ ਇੱਧਰ ਆ ਡਿਸਕਾਂ ਦੇ ਫਰੇਮ ਪਏ ਹੋਏ ਨੇ, ਇਹ ਵੀ ਕੋਈ ਚੀਜ਼ ਪਈ ਹੋਈ ਜੇ। ਤੇ ਇਹ ਜੇ ਇਸ ਪਾਸੇ ਤੁਹਾਨੂੰ ਕੈਮਰਾਮੈਨ ਵਿਖਾਵੇ, ਤੇ ਇਹ ਜਨਾਬ ਉਹ ਲਾ ਪਾਉਣ ਵਾਲੇ ਤੇ ਉਹ ਬੰਨੇ ਬਣਾਉਣ ਵਾਲੇ ਰੇਜਰ ਨੇ ਜਨਾਬ, ਇਹ ਡਿਸਕਾਂ ਨੇ ਜਨਾਬ, ਉਹ ਪਿਛਲੇ ਪਾਸੇ ਰੂਟਾ ਪਿਆ ਹੋਵੇ, ਤੇ ਇਹ ਇਹਨਾਂ ਦਾ ਬੋਰਡ ਲੱਗਾ ਜਨਾਬ ਅਲ ਸਾਦਕ ਬਿਲਡਰਸ ਡਿਵੈਲਪਰਸ, ਪਤਾ ਨੀ ਕੀ ਹੈ ਜਨਾਬ। ਤੇ ਇਹ ਮੇਰਾ ਖਿਆਲ ਹੈ ਕਿ ਇਹ ਸ਼ੈਡ ਨਾਲ ਤੇ ਪਿਛਲੇ ਪਾਸੇ ਰਹਿਸ਼ ਵੀ ਕੋਠੀ ਹੀ ਨਜ਼ਰ ਆ ਰਹੀ ਹੈ, ਉਹ ਵੀ ਮੇਰਾ ਖਿਆਲ ਤਾਂ ਸਭ ਰਹਿਸ਼ ਵੀ ਆਪਣੀ ਇੱਥੇ ਹੀ ਹੈ, ਇੱਥੇ ਹੀ ਹੈ ਜੀ, ਇੱਥੇ ਹੀ ਹੈ। ਉਹ ਪਿੱਛੇ ਜਨਾਬ ਉਹ ਇੱਕ ਸ਼ੈਡ ਹੋਰ ਨਜ਼ਰ ਆ ਰਿਹਾ, ਉੱਥੇ ਵੀ ਜਨਾਬ ਕੋਈ ਆ ਕੋਈ ਐਗਰੀ ਸਰੀ ਲਾਰ ਦਾ ਇੱਕ ਸਮਾਨ ਸਮੂਨ ਤੇ ਲੋਹੇ ਦੇ ਐਂਗਲ ਵਗੈਰਾ ਜੀ ਨੂੰ ਪਏ ਨੇ, ਤਾਂ ਥੋੜਾ ਜਿਹਾ ਨਜ਼ਰ ਆ ਰਿਹਾ ਜਨਾਬ। ਬਾਕੀ ਇਹ ਮਸ਼ੀਨ TMR ਤਿਆਰ ਹੋ ਰਹੀ ਹੈ ਜਨਾਬ, ਬਹੁਤ ਕੁਛ ਸਮਾਨ ਪਿਆ, ਇੱਥੋਂ ਲੱਗਦਾ ਨੀ ਪਿਆ ਹੈਗਾ ਜਨਾਬ ਕਿ ਕਿਸੇ ਪਾਸੇ ਕੋਈ ਦੌੜ ਸਕਦੇ ਨੇ। ਤੇ ਇਹ ਇੱਕ ਬੜੀ ਵੱਡੀ ਸਹੂਲਤ ਹੈ ਜਨਾਬ, 40-50 ਹਜ਼ਾਰ ਰੁਪਏ ਦੇ ਲੈਸ ਕੀਮਤ ਮਾਰਕੀਟ ਦੇ ਨਾਲੋਂ, ਲੇਕਿਨ ਕੁਆਲਿਟੀ ਦੇ ਮਿਆਰ ਉਹਨਾਂ ਤੋਂ ਵੀ ਬਿਹਤਰ। ਸਾਦਕ ਐਗਰੋ ਜ਼ਰੀਆ ਇੰਡਸਟਰੀ ਜਨਾਬ ਨਨਕਾਣਾ ਮਾਨਾਵਾਲਾ ਰੋਡ ਦੇ ਉੱਤੇ ਮੌਜੂਦ ਹੈ, ਨੰਬਰ ਉਹਨਾਂ ਦਾ ਮੌਜੂਦ ਹੈ, ਤੁਸੀਂ ਆਪਣਾ ਕਿਸੇ ਕਿਸਮ ਦਾ ਕੋਈ ਜ਼ਰੀਏ ਇਲਾਜ, ਕੋਈ ਚੀਜ਼ ਤੁਹਾਨੂੰ ਜਨਾਬ ਚਾਹੀਦੀ ਹੋਵੇ ਪੂਰੇ ਪਾਕਿਸਤਾਨ ਦੇ ਵਿੱਚੋਂ, ਤੁਸੀਂ ਉਸ ਨੰਬਰ ਤੇ ਰਾਬਤਾ ਕਰਕੇ ਆਪਣੀ ਡਿਮਾਂਡ ਦੱਸ ਕੇ, ਜਾਂ ਤੁਸੀਂ ਕੋਈ ਨਵੀਂ ਚੀਜ਼ ਤਿਆਰ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਹੱਲਾਂ 'ਚ ਜਾਂ ਮਤਲਬ ਪਲਾਂਟਰ ਦੇ ਵਿੱਚ ਜਾਂ ਗਾਜਰ ਵਾਲੀ ਮਸ਼ੀਨ 'ਚ ਕਿਸੇ ਵੀ ਚੀਜ਼, ਤੁਹਾਡੀ ਇੱਕ ਸੋਚ ਹੈ ਕਿ ਮੈਂ ਇਹਦੇ 'ਚ ਆਹ ਤਬਦੀਲੀ ਚਾਹੁੰਦਾ ਜਾਂ ਆਹ ਅਮੈਂਡਮੈਂਟ ਚਾਹੁੰਦਾ ਜਨਾਬ, ਉਹ ਵੀ ਇਹ ਸਹੂਲਤ ਵੀ ਜਨਾਬ ਇੱਥੇ ਮਯਸਰ ਹੈ, ਤੁਹਾਡੇ ਖੁਆਬ ਦੇ ਮੁਤਾਬਕ, ਤੁਹਾਡੀ ਡਿਮਾਂਡ ਦੇ ਮੁਤਾਬਕ ਇੱਕ ਚੀਜ਼ ਤਿਆਰ ਕੀਤੀ ਜਾਏਗੀ, ਤਿਆਰ ਕਰਕੇ ਉਹਦਾ ਟ੍ਰਾਇਲ ਕੀਤਾ ਜਾਏਗਾ, ਫਿਰ ਉਹ ਤੁਹਾਨੂੰ ਡਿਲੀਵਰ ਕੀਤੀ ਜਾਏਗੀ ਪੂਰੇ ਪਾਕਿਸਤਾਨ ਦੇ ਅੰਦਰ। ਜਨਾਬ ਨੰਬਰ ਮੌਜੂਦ ਹੈ ਜਨਾਬ ਵੀਡੀਓ ਦੇ ਐਂਡ ਤੇ, ਤੁਸੀਂ ਰਾਬਤਾ ਕਰ ਸਕਦੇ ਹੋ ਰਾਣਾ ਨੀਮ ਖਾਨ ਸਾਹਿਬ, CEO ਅਲ ਸਾਦਕ ਐਗਰੋ ਜ਼ਰੀਆ ਇੰਡਸਟਰੀ ਜਨਾਬ। ਤੇ ਇਸ ਦੇ ਨਾਲ ਹੀ ਜਨਾਬ ਬਹੁਤ ਸ਼ੁਕਰੀਆ, ਅੱਲਾ ਹਾਫਿਜ਼।